काफ़ी इंतज़ार के बाद हाँ मज़ा आ गया वे सारा दिन इंतजार कराया इन्हें मेरा ख्याल है छापर भी ला लेना चाहिए नैश नूश टूटे मत नहीं जो मूह मिठा कराया फिर मोबाइल खोलना ਮੂੰਹ ਬਿਠਾ ਕਰ ਆ ਜਾਏ ਇਸ ਤਰ੍ਹਾਂ ਨਹੀਂ ਸਰ ਅਹਮਦ ਸਾਹਿਬ ਹੈ ਜੀ ਸਰ ਮੂੰਹ ਬਿਠਾ ਦੇਣਾ ਚਾਹੀਦਾ ਪਹਿਲਾਂ ਸਰ ਮੂੰਹ ਮਿਠਾ ਮਠਾਈ ਮੰਗਾਓ ਭਾਈ ਜੀ ਬੰਦਾ ਫਿਰ ਆਂਦਾ ਜੀ ਤੇ ਇਹ ਜੇ ਪਿਆ ਦਾ ਪਹਿਲਾਂ ਮਠਿਆਈ ਆਏਗੀ ਤੇ ਉਹਦੇ ਤੋਂ ਬਾਅਦ ਬਾਕੀ ਸਾਰੇ ਕੰਮ ਹੋਣ ਨਵਾਂ ਐਡਰੈਸ ਕੋਲ ਮਠਿਆਈ ਆ ਗਈ ਤੇ ਭਾਈ ਅਹਮਦ ਭਾਈ ਭਾਈ ਮੁਬਾਰਕ ਆ ਬਹੁਤ ਬਹੁਤ ਅਹਮਦ ਦੀ ਰਿਕੁਐਸਟ ਪੂਰੀ ਹੋ ਗਈ ਹੈ ਮੋਬਾਈਲ ਲੈਣ ਵਾਲੀ ਤੁਹਾਡਾ ਪਾਕ ਅਹਿਮਦ ਨੂੰ ਹੰਡਾਣਾ ਨਸੀਬ ਕਰੇ ਕਿਆਮਤ ਤੱਕ ਓਪੋ F15 ਅਹਿਮਦ ਭਾਈ ਸੁਬਹ ਦੇ ਗਏ ਦੇ ਹਨ ਲੋਕਲ ਹੁਣ ਆਏ ਜੇ ਲੈ ਗਏ ਹਮ ਸਭ ਐਪ 'ਚ ਕੀ ਬੈਕ ਕਵਰ कवर से तो मैं लगता पा ठीक है मोबाइल तेरा नाल है उन्होंने बुका शुका मसाब दी दी ने ए पढ़नी है जी जा ठीक है भाई भाई यार रसीद भी दिखी होनी है रहन दे रसीद नु करना मैं संभाल ही जाना नाल दा चीज है गारंटी कार्ड ही है हां जी आज ही खरीदा है ना हां जी भाई उस तो बाद नाल है पेन ने ਸਿਮ ਸਿਮ ਪਾਉਣ ਵਾਸਤੇ ਆ ਤੇ ਮੇਰੀ ਤੇ ਗੁਆਚੀ ਦੀ ਮੈਂ ਨਾ ਰੱਖ ਲਾਂ ਮਦ ਆਈਏ ਬਾਹਰ ਆ ਮੈਂ ਸੰਭਾਲ ਲੈ ਜਾਣਾ ਤੈਨੂੰ ਦੱਸ ਚੱਲ ਆ ਮੈਂ ਰੱਖ ਲੈਣਾ ਲੈ ਜਾਣਾ ਨਾਲ ਠੀਕ ਬਿਸਮਿਲਲਾ ਤੇ ਭਾਈ ਮੋਬਾਈਲ ਮੋਬਾਈਲ ਜਿਹੜਾ ਨੈਟ ਤੇ ਵੇਖਣਾ ਯਾਰ ਹੋਰ ਚੀਜ਼ ਜਿਹੜੀ ਹੈ ਨਾ ਵੇਖ ਲਈ ਉਸ ਤੋਂ ਬਾਅਦ ਨਾਲ ਇਹ ਚਾਰਜਰ ਚਾਰਜਰ ਬੜਾ ਤੈਯਬ ਚਾਰਜਰ ਬੜਾ ਜੈਵਰਨ ਕਿਸਮ ਦਾ ਹੈ हेडफोन अज तू 5-6 साल बाद हेडफोन मिलेंगे बाद आ गया मोबाइल वाओ बहुत प्यारा और जबरदस्त मोबाइल है माशाल्लाह 1, 2, 3, 4 कैमरे ने कलर भी बड़ा प्यारा है हाँ मधु तू जेड़ा ना टिकटॉक वगैरह बनाएगा करिए आना मत मेरा ख्याल है मसाल वाली सेल्फी पहली जड़ी ना मैं ही लवांगा बहुत जबरदस्त मोबाइल है अल्लाह पाक जरा वे कामयाबी दे तुम देख सकते हो रिजल्ट भी बहुत अच्छा है मोबाइल माशाल्लाह बहुत जबरदस्त है स्पेसिफिकेशन तुम्हें दसने 48 मेगापिक्सल कैमरा वे 8 GB रैम 128 GB मैमरी है उस तो बाद
ਜਿਹੜਾ ਸਭ ਤੋਂ ਜ਼ਬਰਦਸਤ ਚੀਜ਼ ਹੈ ਇਹਦੇ ਵਿੱਚ 4000 ਤੋਂ ਉੱਤੇ ਜਿਹੜੀ ਇਹਨਾਂ ਦੀ MAH ਬੈਟਰੀ ਵੀ ਹੈ ਨਾਲ ਫਿੰਗਰਪ੍ਰਿੰਟ ਲਾ ਕੇ ਲੇਕਿਨ ਸਕਰੀਨ ਦੇ ਉੱਤੇ ਜਿਹੜਾ ਅੰਗੂਠਾ ਦਵਾਈਏ ਨਾ ਉਹ ਲਾ ਕੇ ਅਮਲ ਕੀ ਖਿਆਲ ਹੈ ਜੀ ਹਮ ਤੇ ਫਿੰਗਰ ਵੀ ਨਹੀਂ ਕੰਮ ਕਰਦਾ ਚਲੋ ਵੇਖ ਨਾ ਮੂੰਹ ਵਾਲਾ ਦੂਸਰਾ ਤਸਵੀਰ ਵਾਲਾ ਲਾਕ ਲਾ ਲਈ ਜਿਹੜਾ ਅੱਜ ਖੋਲ੍ਹਦੇ ਫੇਸ ਲਾਕ ਲਾ ਉਸ ਤੋਂ ਬਾਅਦ ਇਹਦੇ 'ਚ ਜਿਹੜੀ ਜ਼ਬਰਦਸਤ ਚੀਜ਼ ਹੈ ਉਹ ਇਹੀ ਹੈ ਕਿ ਫਲੱਸ਼ ਚਾਰਜਰ ਹੈ 3.0 ਅਤੇ ਰੈਜੂਲੇਸ਼ਨ ਵੀ ਬਹੁਤ ਅੱਛੀ ਹੈ ਤਸਵੀਰਾਂ ਵਗੈਰਾ ਜਿਹੜੀਆਂ ਨੇ ਬਹੁਤ ਜ਼ਬਰਦਸਤ ਬਣਾਈਆਂ ਨੇ ਇਹਨੇ ਤੁਸੀਂ ਵੇਖ ਸਕਦੇ ਹੋ ਰਿਜ਼ਲਟ ਰਿਜ਼ਲਟ ਬਹੁਤ ਅੱਛਾ ਹੈ ਉਸ ਤੋਂ ਬਾਅਦ ਨਾਲ 4-5 ਕੈਮਰੇ ਵੀ ਆਏ ਨੇ ਕੀ ਖਿਆਲ ਹੈ ਅਹਿਮਦ ਅੱਗੇ ਅਹਿਮਦ ਨੂੰ ਇੱਕ ਨਹੀਂ ਤਫੀਕ ਪੈਂਦੀ ਵੀ ਹੁਣ 5-5 ਕੈਮਰੇ ਨੇ ਠੀਕ ਹੈ ਹੁਣ 5 ਕੈਮਰਿਆਂ ਤੋਂ ਅਹਿਮਦ ਜਿਹੜਾ ਠੀਕ ਠਾਕ ਖਿਚਾਏਗਾ ਵੀਡੀਓ ਸ਼ੀਡੀਓ ਬਣਾਏਗਾ ਅੰਨੀ ਪਾ ਦੇਗਾ ਇੱਕ ਵਾਰੀ ਅਤੇ ਕੋਸ਼ਿਸ਼ ਕਰਾਂਗੇ ਕਿ ਤੋਂ ਬਾਅਦ ਵਾਲਾ ਜਿਹੜਾ ਵਲੋਗ ਆਏਗਾ ਉਹ ਅਹਿਮਦ ਦੇ ਮੋਬਾਈਲ 'ਤੇ ਬਣਾਇਆ ਜਾਏ ਰਿਜ਼ਲਟ ਚੈੱਕ ਕਰਾਂਗੇ ਬੜੀ ਖੁਸ਼ੀ ਦਿਲੀ ਖੁਸ਼ੀ ਹੋਈ ਹੈ ਅਹਿਮਦ ਦੇ ਮੋਬਾਈਲ ਲਿਆ ਅਤੇ ਸਾਰੇ ਦੋਸਤ ਜਿਹੜੇ ਨੇ ਕਮੈਂਟਸ ਦੇ ਵਿੱਚ ਜਿਹੜਾ ਅਹਿਮਦ ਨੂੰ ਮੁਬਾਰਕਬਾਦ ਦਿਓ ਵੀਡੀਓ ਪਸੰਦ ਆਏ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਟੱਕ ਟੱਕ ਜਿਹੜਾ ਹੁੰਦਾ ਨਾ ਘੰਟੀ ਦਾ ਬਟਨ ਵੀ ਜ਼ਰੂਰ ਦਬਾਉਣਾ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼।